ਜੀ ਆਏ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਸੌਥਾ ਦੋ ਪਾਤੀ ਸਮੀਕਰਨ ਅਭਿਆਸ ਨੰਬਰ 4.4 ਤੇ ਦੇ ਪਹਿਲੇ ਦੋ ਸਵਾਲ ਇਸ ਵੀਡੀਓ ਚ ਅਸੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਨਾਲ ਦੇ ਨਾਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸੋ ਪਹਿਲਾ ਸਵਾਲ ਹੈ ਬੱਚਿਓ, ਹੇਠਾਂ ਦਿੱਤੇ ਦੋ ਕਾਤੀ ਸਮੀਕਰਨਾਂ ਦੇ ਮੂਲਾਂ ਦੀ ਪ੍ਰਕਿਰਤੀ ਦਾ ਪਤਾ ਲਗਾਓ। ਜੇਕਰ ਮੂਲ ਸੰਭਵ ਹੋਣ ਤਾਂ ਉਹਨਾਂ ਦਾ ਪਤਾ ਲਗਾਓ। ਠੀਕ ਹੈ? ਸੋ ਪਹਿਲੇ ਤਾਂ ਪਤਾ ਲਗਾਣਾ ਕਿ ਮੂਲਾਂ ਦੀ ਪ੍ਰਕਿਰਤੀ ਕੀ ਹੈਗੀ ਹੈ। ਸੋ ਕਹਿੰਦੇ ਜੇ ਮੂਲ ਸੰਭਵ ਹੋਣ ਤਾਂ ਮੂਲਾਂ ਦਾ ਪਤਾ ਲਗਾਓ। ਇਹਦਾ ਮਤਲਬ ਕੋਈ ਹਾਲਤ ਐਸੀ ਵੀ ਹੁੰਦੀ ਹੈ ਜਦੋਂ ਮੂਲ ਸੰਭਵ ਨਹੀਂ ਹੁੰਦੇ। ਠੀਕ ਹੈ ਨਾ? ਸੋ ਅਸੀਂ ਇਹ ਦੇਖਾਂਗੇ ਸੋ ਤਿੰਨ ਕਿਸਮ ਦੇ ਸਮੀਕਰਨ ਇਹਨਾਂ ਦਿੱਤੇ ਨੇ। ਸੋ ਇਹ ਸਾਰਿਆਂ ਨੂੰ ਇੱਕ ਇੱਕ ਕਰਕੇ ਕਰੀਏ। ਸੋ ਪਹਿਲਾ ਸਮੀਕਰਨ ਹੈ 2x ਦੀ ਘਾਤ 2 3x ਜਮਾ 5 0 ਸੋ ਅਸੀਂ ਜਾਣਦੇ ਹਾਂ ਬੱਚਿਓ ਕਿ ਜਿਹੜਾ ਜਿਹੜੀ ਇੱਕ ਮਿਆਰੀ ਰੂਪ ਹੁੰਦਾ ਹੈ 2 ਘਾਤੀ ਸਮੀਕਰਨ ਦਾ ਉਹਦੇ ਵਿੱਚ ਅਸੀਂ ਲੈ ਕੇ ਚੱਲਦੇ ਹਾਂ ਜੋ x ਦੀ ਘਾਤ 2 ਦਾ ਗੁਣਾ ਹੁੰਦਾ ਉਹਨੂੰ ਅਸੀਂ a ਲੈਨੇ ਆ ਤੇ ਜਿਹੜੀ x ਦੀ ਘਾਤ ਇੱਕ ਹੁੰਦੀ ਜਿੱਥੇ ਇਕੱਲਾ x ਹੁੰਦਾ ਉਹਦੇ ਗੁਣਾ ਨੂੰ ਅਸੀਂ b ਲੈਨੇ ਆ ਤੇ ਜਿਹੜਾ ਅਚਲ ਪਦ ਹੁੰਦਾ ਜਿਹਦੀ ਜਿਹਦੇ ਤੇ ਕੋਈ ਚੱਲ ਨਹੀਂ ਲੱਗਾ ਹੁੰਦਾ ਜਿਹੜੀ ਇਕੱਲੀ ਸੰਖਿਆ ਹੁੰਦੀ ਹੈ ਉਹਨੂੰ ਅਸੀਂ ਸੀ ਲੈਂਦੇ ਆ ਠੀਕ ਹੈ ਸੋ ਇੱਥੇ a 2 x ਦੀ ਘਾਤ 2 ਦਾ ਗੁਣਾਂਕ b -3 x ਦਾ ਗੁਣਾਂਕ ਤੇ ਅਚਲ ਪਦ c 5 c 5 ਠੀਕ ਹੈ ਸੋ ਡਿਸਕ੍ਰਿਮੀਨੈਂਟ ਜਿਹੜਾ ਸੂਤਰ ਹੈ ਉਹ d ਡਿਸਕ੍ਰਿਮੀਨੈਂਟ ਇਹਨੂੰ d ਕਹਿੰਦੇ ਆ ਇਹਦਾ ਸੂਤਰ ਹੁੰਦਾ ਹੈ b ਦੀ ਘਾਤ 2 4ac ਇਹ ਸੂਤਰ ਸਾਨੂੰ ਕੰਢ ਹੋਣਾ ਚਾਹੀਦਾ ਠੀਕ ਹੈ ਜੀ ਸੋ b ਹੈਗਾ -3 3 ਦੀ ਘਾਤ 2 ਕਟਾ 4 ਲਿਖ ਕੇ a ਹੈਗਾ 2 ਤੇ c ਹੈਗਾ 5 ਸੋ 4 2 8 8 5 40 ਇਹ 40 ਹੋ ਗਿਆ ਤੇ ਕਟਾ 3 ਦੀ ਵਰ ਕਿੰਨਾ ਹੋ ਜਾਏਗਾ ਕਟਾ 3 ਕਟਾ 3 9 9 ਕਟਾ ਕਟਾ ਜੋੜਾ ਹੋ ਜਾਏਗੀ ਸੋ 9 40 ਬਣ ਗਿਆ ਕਟਾ 31 ਹੁਣ ਕਟਾ 31 ਰਿਣਾਤਮਕ ਸੰਖਿਆ ਤੇ 0 ਨਾਲੋਂ ਘੱਟ ਤੇ ਬੱਚਿਓ ਜਦੋਂ ਡਿਸਕ੍ਰਿਮੀਨੈਂਟ 0 ਨਾਲੋਂ ਘੱਟ ਹੋਵੇ ਤੇ ਉਸ ਸਮੀਕਰਨ ਦੇ ਕੋਈ ਵੀ ਵਾਸਤਵਿਕ ਮੂਲ ਨਹੀਂ ਹੁੰਦੇ ਸੋ ਇਹਨਾਂ ਨੇ ਕਿਹਾ ਸੀ ਨਾ ਜੇ ਮੂਲ ਸੰਭਵ ਹੋਣ ਤੇ ਮੂਲ ਪਤਾ ਲਗਾਓ ਸੋ ਇੱਥੇ ਮੂਲ ਸੰਭਵ ਨਹੀਂ ਹੈਗੇ ਵਾਸਤਵਿਕ ਮੂਲ ਸੰਭਵ ਨਹੀਂ ਹੈਗੇ ਸੋ ਇੱਥੇ ਲਿਖ ਦੇਣਾ ਥੱਲੇ ਡਿਸਕ੍ਰਿਮੀਨੈਂਟ 0 ਨਾਲੋਂ ਘੱਟ ਹੋਣ ਕਰਕੇ ਡਿਸਕ੍ਰਿਮੀਨੈਂਟ 0 ਨਾਲੋਂ ਘੱਟ ਹੋਣ ਕਰਕੇ ਇਸ ਸਮੀਕਰਨ ਦਾ ਕੋਈ ਵਾਸਤਵਿਕ ਮੂਲ ਨਹੀਂ ਹੈ ਸੋ ਇਹ ਤੇ ਬੱਚਾ ਬੜਾ ਸੌਖਾ ਸਵਾਲ ਸੀ ਜਦ ਜਦੋਂ ਡਿਸਕ੍ਰਿਮੀਨੈਂਟ 0 ਨਾਲੋਂ ਘੱਟ ਆਵੇ ਰਿਣਾਤਮਕ ਆਵੇ ਇਹ ਤਾਂ ਮਤਲਬ ਉਹਦੇ ਕੋਈ ਵੀ ਵਾਸਤਵਿਕ ਮੂਲ ਨਹੀਂ ਹਨ ਠੀਕ ਹੈ ਹੁਣ ਆ ਗਿਆ ਬੱਚੋ ਦੂਜਾ 3x ਦੀ ਕਾ 2/4 ਵਰਗਮੂਲ 3 ਫਿਰ x 4 ਹੁਣ ਬੱਚੋ ਇੱਥੇ x ਦੀ ਕਾ 2 ਦਾ ਗੁਣਾ 3 ਹੈਗਾ ਸੋ a ਹੋ ਗਿਆ 3 ਤੇ x ਦੀ x ਦੀ ਕਾ ਜਿੱਥੇ ਇੱਕ ਹੈਗੀ ਹੈ ਉਹਦਾ ਗੁਣਾ ਹੈਗਾ /4 ਵਰਗਮੂਲ 3 ਸੋ /4 ਵਰਗਮੂਲ 3 ਹੋ ਗਿਆ ਤੇ ਅਚਲ ਪਦ 4 ਐ c ਹੋ ਗਿਆ ਠੀਕ ਹੈ ਸੋ ਡਿਸਕ੍ਰਿਮੀਨੈਂਟ d b ਦੀ ਕਾ 2/4 ac ਸੋ ਮੂਲ ਪਾਤਾ b ਆ ਗਿਆ ਕਟਾ 4 ਵਰਗਮੂਲ 3 ਐ ਪੂਰੇ ਦਾ ਵਰਗ ਲੈ ਲਿਆ ਠੀਕ ਹੈ ਕਟਾ 4 ਤੇ ਇਹ ਆ ਗਿਆ ਤੁਹਾਡਾ a ਤੇ ਆ ਗਿਆ ਤੁਹਾਡਾ c ਸੋ 4 3 12 12 144 ਤੇ ਇਹ ਹੋ ਗਿਆ ਹੁਣ ਕਟਾ 4 ਦਾ ਵਰਗ ਹੀ ਹੋਏਗਾ ਕਟਾ 4 ਕਟਾ 4 16 ਹੋ ਗਿਆ ਤੇ ਵਰਗਮੂਲ 3 ਦਾ ਵਰਗ ਹੀ ਹੋ ਜਾਏਗਾ ਇਹ ਵਰਗਮੂਲ ਕੱਟਿਆ ਜਾਏਗਾ 3 ਹੋ ਗਿਆ ਸੋ 16 3 48 ਸੋ 48 ਕਟਾ 48 ਬਰਾਬਰ 0 ਆ ਗਿਆ ਹੁਣ ਬੱਚਿਓ ਜਦੋਂ ਡਿਸਕ੍ਰਿਮੀਨੈਂਟ ਸਿਫਰ ਆਵੇ ਤਾਂ ਉਸ ਸਮੀਕਰਨ ਦੇ ਦੋਨੋਂ ਮੂਲ ਬਰਾਬਰ ਹੁੰਦੇ ਹਨ ਵਸਤਵਿਕ ਵੀ ਹੁੰਦੇ ਨੇ ਤੇ ਬਰਾਬਰ ਹੋ ਗਏ ਸੋ ਡਿਸਕ੍ਰਿਮੀਨੈਂਟ ਸਿਫਰ ਹੋਣ ਕਰਕੇ ਇਸ ਸਮੀਕਰਨ ਦੇ ਮੂਲ ਵਸਤਵਿਕ ਹਨ ਅਤੇ ਬਰਾਬਰ ਹਨ ਠੀਕ ਹੈ ਹੁਣ ਹੁਣ ਅਸੀਂ ਮੂਲ ਕੱਢਨੇ ਨੇ ਸੋ ਮੂਲ ਦਾ ਸੂਤਰ ਕੀ ਹੁੰਦਾ ਹੈ ਮੂਲ ਹੁੰਦਾ ਬੱਚਿਓ x ਦੇ ਦੋ ਮੂਲ ਲਾਂਗੇ x ਬਰਾਬਰ ਇਹਦਾ ਵਟਾ ਕਰਕੇ ਕਟਾ b ਲਿਖਣਾ ਹੈ ਜਮਾ ਕਟਾ ਕਿਉਂਕਿ ਇੱਕ ਮੂਲ ਜਮਾ ਹੋਏਗਾ ਇੱਕ ਕਟਾ ਨਾਲ ਤੇ d ਜੋ ਡਿਸਕ੍ਰਿਮੀਨੈਂਟ ਐ ਸੀ ਆ ਕੱਢਿਆ ਇਹ ਜਿਹੜਾ ਹੈ ਇਹਦਾ ਵਰਗਮੂਲ ਕਰਨਾ ਹੈ ਤੇ 2a ਇਹ ਸੂਤਰ ਵੀ ਤੁਹਾਨੂੰ ਚੰਗੀ ਤਰ੍ਹਾਂ ਘੰਟ ਹੋਣਾ ਚਾਹੀਦਾ ਸੋ ਮੂਲ ਦਾ ਸੂਤਰ ਆ ਹੁੰਦਾ ਹੈ ਕਟਾ b ਜਮਾ ਕਟਾ d ਦਾ ਵਰਗਮੂਲ 2a ਹੁਣ ਅਸੀਂ ਮੂਲ ਪਾ ਦਿੰਨੇ ਆ ਕਟਾ ਕਟਾ ਦੇ ਪਹਿਲੇ ਕਟਾ ਬਾਹਰ ਹੈਗੀ ਏ ਤੇ b ਦੇ ਨਾਲ ਪਹਿਲਾਂ ਹੀ ਕਟਾ ਲੱਗਾ ਸੋ ਕਟਾ 4 ਵਰਗਮੂਲ ਤੇ ਜਮਾ ਕਟਾ ਤੇ ਸਾਡਾ ਐ ਡੀ ਕਿੰਨਾ ਆਇਆ ਸੀ ਬੱਚਿਓ 0 ਡੀ 0 ਹੈ ਨਾ ਸੋ 0 ਨੂੰ ਵਰਗਮੂਲ ਦੇ ਅੰਦਰ ਪਾਤਾ ਤੇ 0 ਦਾ ਵਰਗਮੂਲ ਤੇ 0 ਹੀ ਹੁੰਦਾ ਅਰਥਾਤ ਇਹ ਚੀਜ਼ ਤੇ ਉੱਡ ਜਾਏਗੀ ਇਹ ਪਦ ਚਲਾ ਜਾਏਗਾ ਇੱਥੇ ਇਹ ਚੀਜ਼ ਖਤਮ ਹੋ ਜਾਏਗੀ ਸੋ ਸਾਡੇ ਕੋਲ ਕੀ ਬਚਿਆ ਇੱਥੇ 2 ਦੇ ਨਾਲ ਇਹ 2 ਕਟਿਆ ਗਿਆ ਇਹ ਕਟਾ ਤੇ ਇਹ ਕਟਾ ਜਮਾ ਹੋ ਗਈ ਸੋ ਇੱਥੇ ਇਕੱਲਾ ਬਚਿਆ 2 ਤੇ ਇਹ ਬਣ ਗਿਆ 2 ਵਰਗਮੂਲ 3 ਤੇ /3 ਸੋ 2 ਵਰਗਮੂਲ 3 /3 ਸੋ so, x 2 ਵਰਗਮੂਲ 3 3 ਫਿਰ ਕਮਾ ਪਾ ਕੇ 2 ਵਰਗਮੂਲ 3 3 ਇਹ ਆ ਗਏ ਸਾਡੇ ਬੱਚਿਓ ਦੋ ਮੂਲ ਜੋ ਵਾਸਤਵਿਕ ਵੀ ਹਨ ਇਹ ਵਾਸਤਵਿਕ ਸੰਖਿਆਵਾਂ ਨੇ ਤੇ ਦੋਨੋਂ ਬਰਾਬਰ ਵੀ ਹਨ ਤੇ ਬਰਾਬਰ ਕਿਉਂ ਨੇ ਕਿਉਂਕਿ d ਜਿਹੜਾ ਹੈ ਉਹ 0 ਦੇ ਬਰਾਬਰ ਹੈ ਸੋ ਇਹ ਗੱਲਾਂ ਵੀ ਹੈ ਜਿਹੜੀਆਂ ਸ਼ਰਤਾਂ ਨੇ ਇਹ ਹਾਲਾਤਾਂ ਨੇ ਜਦੋਂ d 0 ਤੋਂ ਘੱਟ ਹੋਵੇ ਕੋਈ ਵਾਸਤਵਿਕ ਮੂਲ ਨਹੀਂ ਹੁੰਦਾ ਜਦੋਂ d 0 ਦੇ ਬਰਾਬਰ ਹੋਵੇ ਦੋਨੋਂ ਵਸਤਵਿਕ ਮੂਲ ਬਰਾਬਰ ਹੁੰਦੇ ਹਨ ਤੇ ਹੁਣ ਅਗਲੀ ਸਮੀਕਰਨ ਜਿਹੜਾ ਆਏਗਾ ਕਿਸਮ ਆਏਗੀ ਉਹ ਹੋਏਗਾ ਡੀ 0 ਤੋਂ ਜ਼ਿਆਦਾ ਤੇ ਤਾਂ ਕਿ ਹੈਗਾ ਦੋਨੋਂ ਮੂਲ ਵਸਤਵਿਕ ਵੀ ਹੋਣਗੇ ਪਰ ਬਰਾਬਰ ਨਹੀਂ ਹੋਣਗੇ ਆਓ ਦੇਖੀਏ ਹੁਣ ਤੀਜਾ ਤੀਜਾ ਆਏਗਾ ਜਿਹਦੇ ਚ ਡੀ ਕੋ 0 ਤੋਂ ਜ਼ਿਆਦਾ ਆ ਰਿਹਾ ਹੈ ਤੇ ਬਰਾਬਰ ਨਹੀਂ ਹੋਣਗੇ ਇਹ ਕਹਿਵਲਾ ਆਇਆ ਤੇ ਕਹਿਵਲਾ ਹੈ ਦੇਖੋ ਕਿੱਦਾਂ ਕਰਨਾ ਸੋ a 2 b /6 ਤੇ c 10 ਸੋ so, ਡਿਸਕ੍ਰਿਮੀਨੈਂਟ D b ਦੀ ਕਾ ਦੋ 4ac ਸੋ ਕਟਾ 6 ਦਾ ਵਰਗ ਕਟਾ 4 2 3 4 2 8 3 24 ਤੇ 6 6 6 36 ਸੋ 36 24 12 ਹੁਣ 12 ਧਨਾਤਮਕ ਸੰਖਿਆ ਹੈ 0 ਵੀ ਨਹੀਂ ਹੈਗੀ 0 ਤੋਂ ਵੱਡੀ ਹੈ ਸੋ 12 ਵੱਡੀ ਹੈ 0 ਤੋਂ ਸੋ ਡਿਸਕ੍ਰਿਮੀਨੈਂਟ 0 ਨਾਲੋਂ ਵੱਧ ਹੋਣ ਕਰਕੇ ਇਸ ਸਮੀਕਰਨ ਦੇ ਦੋ ਵੱਖ-ਵੱਖ ਵਾਸਤਵਿਕ ਮੂਲ ਹਨ ਬਰਾਬਰ ਨਹੀਂ ਵੱਖ ਸੋ ਸੂਤਰ ਹੋਈ ਹੈ ਬੱਚਿਓ x ਕਟਾ b ਜਮਾ ਕਟਾ d ਵਰਗਮੂਲ ਦੇ ਅੰਦਰ 2a ਹੁਣ ਅਸੀਂ ਮੁੱਲ ਪਾ ਦੇਵਾਂਗੇ ਕਟਾ ਕਟਾ 6 ਜਮਾ ਕਟਾ ਤੇ d ਹੈਗਾ 12 ਇਹ ਕੋ 12 ਆਇਆ ਹੈ 2 ਤੇ a ਹੈਗਾ ਤੁਹਾਡਾ 2 ਸੋ 2 2 ਸੋ ਕਟਾ ਤੇ ਕਟਾ ਜਿਹੜੇ ਬ੍ਰੈਕਟ ਖੋਲਾਂਗੇ ਕਟਾ ਦੇ ਕਟਾ ਜਮਾ ਹੋ ਜਾਏਗਾ 6 ਜਮਾ ਕਟਾ ਹੁਣ ਇਹ ਜਿਹੜਾ 4 3 12 ਬਣਦਾ ਹੈ 12 ਜਿਹੜਾ ਹੈ 4 3 ਸੋ 4 ਦਾ ਵਰਗਮੂਲ 2 2 ਤੇ ਅੰਦਰ ਰਹਿ ਗਿਆ ਇਕੱਲਾ 3 ਤੇ 2 2 4 ਹੁਣ 2 ਦੇ ਨਾਲ 2 ਕੱਟ ਗਿਆ ਤੇ 2 3 6 ਤੇ 2 ਦੇ ਨਾਲ 2 ਐਵळा ਕੱਟ ਗਿਆ ਸੋ ਇੱਥੇ ਰਹਿ ਗਿਆ ਇਕੱਲਾ 3 3 ਵਰਗਮੂਲ 2 ਹੁਣ ਬਚੇ ਇੱਥੇ ਜਮਾ ਹੈ ਤੇ ਘਟਾ ਸੋ ਅਰਥਾਤ ਇਹ 2 ਸਾਡੇ ਮੂਲ ਬਣ ਗਏ ਇੱਕ ਬਣ ਜਾਏਗਾ 3 ਵਰਗਮੂਲ 3 2 ਤੇ ਜਮਾ ਹਟਾ ਕੇ ਇੱਕ ਬਣ ਜਾਏਗਾ 3 ਵਰਗਮੂਲ 3 2 ਸੋ ਇੱਥੇ 2 ਵਰਗ 2 ਆਪਣੇ ਮੂਲ ਨੇ ਤੇ ਦੋਨੋਂ ਵੱਖਰੇ ਵੱਖਰੇ ਨੇ ਬਰਾਬਰ ਨਹੀਂ ਹੈਗੇ ਕਿਉਂਕਿ ਇੱਥੇ ਜਮਾ ਹੈਗਾ ਇੱਥੇ ਘਟਾ ਹੈਗਾ ਸੋ ਐਸੀ ਬੱਚੋ ਤਿੰਨ ਸਵਾਲ ਪਹਿਲੇ ਭਾਗਦੇ ਜੇਚ ਅਸੀਂ ਮੂਲਾਂ ਦੀ ਪ੍ਰਕਿਰਤੀ ਬਾਰੇ ਜਾਣਿਆ ਹੈ ਇਹ ਚ ਤਿੰਨ ਤਿੰਨ ਸੰਭਾਵਨਾ ਹਨ ਜਾਂ ਤੇ d ਰਿਣਾਤਮਕ ਹੋਏਗਾ ਜੇਚ ਕੋਈ ਵੀ ਮੂਲ ਸੰਭਵ ਨਹੀਂ ਹੈਗਾ ਜਾਂ d 0 ਦੇ ਬਰਾਬਰ ਹੋਏਗਾ ਉਹਦੇ ਵਿੱਚ ਦੋਨੋਂ ਮੂਲ ਬਰਾਬਰ ਆਣਗੇ ਵਸਤਵਿਕ ਹੋਣਗੇ ਤੇ ਜਾਂ d ਧਨਾਤਮਕ ਹੋਏਗਾ 0 ਤੋਂ ਜ਼ਿਆਦਾ ਹੋਏਗਾ ਤਾਂ ਦੋਨੋਂ ਮੂਲ ਵਸਤਵਿਕ ਹੋਣਗੇ ਤੇ 11 ਬਰਾਬਰ ਹੋਣਗੇ अर्थात ਵੱਖ-ਵੱਖ ਹੋਣਗੇ ਠੀਕ ਹੈ ਹੁਣ ਦੂਜਾ ਸਵਾਲ ਦੇਖੀਏ ਦੂਜਾ ਸਵਾਲ ਬੱਚੋ ਬੜਾ ਹੀ ਰੋਚਕ ਹੈਗਾ ਤੇ ਇਹ ਮਹੱਤਵਪੂਰਨ ਵੀ ਹੈ ਇਸ ਵਰਗਾ ਕੋਈ ਨਾ ਕੋਈ ਸਵਾਲ ਪੇਪਰਾਂ ਚ ਆਣ ਦੀ ਪੂਰੀ ਸੰਭਾਵਨਾ ਹੈ ਠੀਕ ਹੈ ਹੇਠਾਂ ਦਿੱਤੇ ਹਰੇਕ ਦੋ ਘਾਤੀ ਸਮੀਕਰਨ ਵਿੱਚ ਕ ਦਾ ਇਹੋ ਜਿਹਾ ਮੂਲ ਪਤਾ ਕਰੋ ਹੁਣ ਇਹਨੇ ਸ਼ਰਤ ਦੇ ਦਿੱਤੀ ਕ ਦਾ ਇਹੋ ਜਿਹਾ ਮੂਲ ਪਤਾ ਕਰੋ ਕਿ ਉਸਦੇ ਦੋ ਬਰਾਬਰ ਮੂਲ ਹੋਣ ਹੁਣ ਬੱਚੋ ਜੇ ਗੱਲ ਅਸੀਂ ਪਹਿਲੇ ਸਵਾਲ ਵਿੱਚ ਸਮਝ ਲਈਏ ਤੇ ਬਰਾਬਰ ਮੂਲ ਕਦੋਂ ਹੁੰਦੇ ਨੇ ਜਦੋਂ ਡੀ 0 ਦੇ ਬਰਾਬਰ ਹੁੰਦਾ ਹੈ ਬਸ ਇਸੇ ਸਿਧਾਂਤ ਨੂੰ ਵਰਤ ਕੇ ਅਸੀਂ ਇਹ ਸਵਾਲ ਦੇ ਦੋਨੋਂ ਭਾਗ ਕਰਾਂਗੇ ਆਓ ਹੁਣ ਇੱਕ ਇੱਕ ਕਰਕੇ ਕਰੀਏ ਸੋ ਪਹਿਲਾ ਭਾਗ ਹੈ ਬੱਚਿਓ 2x ਦੀ ਘਾਤ 2 kx 3 0 ਹੁਣ ਉਹੀ ਉਹ ਜਿਹੜਾ ਬੱਚਿਓ ਮਿਆਰੀ ਰੂਪ ਹੈ ਦੋ ਘਾਤੀ ਸਮੀਕਰਨ ਦਾ x ਦੀ ਘਾਤ 2 ਦਾ ਗੁਣਾਂਕ a x ਦਾ ਗੁਣਾਂਕ b b k ਹੋ ਗਿਆ ਤੇ ਅਚਲ ਪਦ ਸੀ ਸੋ c ਬਰਾਬਰ 3 ਹੋ ਗਿਆ ਸੋ ਡਿਸਕ੍ਰਿਮੀਨੈਂਟ d ਬਰਾਬਰ b ਦੀ ਕਾ 2 4 ਸੀ ਜਿਹਦਾ ਪਹਿਲੇ ਕੀਤਾ ਡਿਸਕ੍ਰਿਮੀਨੈਂਟ ਦਾ ਲੈਣਾ ਸੋ b ਹੈਗਾ k k ਵਰਗ ਲਿਖ ਲਿਆ 4 2 3 4 ਦੁਨੀਆ 8 3 24 ਸੋ k ਵਰਗ 24 ਇਹ ਆਇਆ ਸਾਡਾ ਡਿਸਕ੍ਰਿਮੀਨੈਂਟ ਆ ਗਿਆ ਹੁਣ ਅਸੀਂ ਇੱਥੇ ਲਿਖਣਾ ਹੈ ਕਿਉਂਕਿ ਉਹ ਕਹਿੰਦੇ ਵੀ k ਦਾ ਮੂਲ ਪਤਾ ਕਰੋ ਜਦੋਂ ਦੋਨੋਂ ਮੂਲ ਬਰਾਬਰ ਹੋ ਦੋ ਘਾਤੀ ਸਮੀਕਰਨ ਦੇ ਮੂਲ ਉਦੋਂ ਬਰਾਬਰ ਹੁੰਦੇ ਹਨ ਜਦੋਂ D 0 ਦੇ ਬਰਾਬਰ ਹੁੰਦਾ ਹੈ ਤੇ D ਕੀ ਆ K ਦੀ ਕਾ 2/4 24 ਸੋ ਅਸੀਂ ਇਹਨੂੰ ਕੀ ਕਰਾਂਗੇ ਹੁਣ ਇਹਨੂੰ 0 ਦੇ ਬਰਾਬਰ ਕਰ ਦਾਂਗੇ ਸੋ K^2/24 0 ਜਾਂ K^2 24/24 ਬਾਹਰ ਚਲਾ ਗਿਆ ਭਾਵ K ਜਮਾ/24 ਦਾ ਵਰਗਮੂਲ ਹੁਣ 24 ਨੂੰ ਮੈਂ 4 6 ਲਿਖ ਸਕਦਾ ਤੇ 4 ਦਾ ਵਰਗਮੂਲ 2 ਆਇਆਗਾ ਸੋ 2 ਬਾਹਰ ਆ ਜਾਏਗਾ ਜਮਾ/2 ਵਰਗਮੂਲ 6 ਇਸ ਤਰ੍ਹਾਂ K 2 वर्गमूल 6 ज के बराबर कटा 2 वर्गमूल 6 ਕਿਉਂ ਜਮਾ ਘਟਾਇਆ ਇੱਕ ਵਾਰ ਜਮਾ ਲੈ ਲਿਆ ਜਮਾ ਦਾ ਚਿੰਨ੍ਹ ਤੇ ਲਿਖਿਆ ਨਹੀਂ ਜਾਂਦਾ ਸੋ ਬੱਚਿਓ ਕੇ ਦੇ ਦੋ ਮੂਲ ਆ ਗਏ 2 वर्गमूल 6 ਜਾਂ कटा 2 वर्गमूल 6 ਇਸ ਤਰ੍ਹਾਂ ਬੱਚਿਓ ਇਹ ਵਾਲੇ ਸਵਾਲ ਕਰੀ ਦੇਨੇ ਆਓ ਦੂਜਾ ਪਾਗ ਦੇਖੀਏ ਦੂਜਾ ਪਾਗ ਵੀ ਦੇਖੋ ਥੋੜਾ ਉਹਨੂੰ ਢਿੱਡਾ ਕਰਦਾ ਹੈ ਉਹਦੇ ਨਾਲੋਂ ਜ਼ਿਆਦਾ ਔਖਾ ਕਰਦਾ ਹੈ ਸੋ KX X/2 6 ਹੁਣ ਦੇਖੋ ਇਹਨਾਂ ਨੇ ਮਿਆਰੀ ਰੂਪ ਨਹੀਂ ਦਿੱਤਾ ਆ ਉਹਦਾ ਤੇ ਅਸੀਂ ਪਹਿਲੇ ਇਹਨੂੰ ਮਿਆਰੀ ਰੂਪ 'ਚ ਬਦਲਾਂਗੇ ਅਰਥਾਤ ਬ੍ਰੈਕਟ ਨੂੰ ਖੋਲ ਲਾਂਗੇ ਸੋ ਕੇ ਐਕਸ ਗੁਣਾ ਐਕਸ ਕੇ ਐਕਸ ਦਾ ਵਰਗ ਤੇ ਕੇ ਐਕਸ ਕਟਾ 2 ਵਰਗ ਕਟਾ 2 ਕੇ ਐਕਸ ਜਮਾ 6 ਬਰਾਬਰ 0 ਹੁਣ ਦੇਖੋ ਇਹ ਮੈਰੀ ਰੂਪ ਬਣ ਗਿਆ ਐਕਸ ਦੀ ਘਾਤ 2 ਐਕਸ ਦੀ ਘਾਤ 1 ਤੇ ਅਚਲ ਪਦ ਠੀਕ ਹੈ ਹੁਣ ਬੱਚੇ ਐਕਸ ਦੀ ਘਾਤ ਕੀ ਹੈ ਐਕਸ ਦੀ ਘਾਤ 2 ਦਾ ਜਿਹੜਾ ਗੁਣਾਂਕ ਹੀ ਹੈਗਾ ਕੇ ਸੋ a ਬਰਾਬਰ k ਤੇ ਐਕਸ ਦਾ ਗੁਣਾਂਕ ਜਿਹੜਾ 2k ਸੋ b ਬਰਾਬਰ ਹੋ ਜਾਏਗਾ ਕਟਾ ਸੌਰੀ ਕਟਾ 2k ਕਟਾ 2k ਤੇ ਅਚਲ ਪਦ c ਬਰਾਬਰ 6 ਉਸੀ ਤਰ੍ਹਾਂ ਕਰਨਾ ਬਸ ਥੋੜਾ ਜਿਹਾ ਇੱਥੇ ਨੇ ਟੇਡਾ ਕਰ ਦਿੱਤਾ ਸੀਗਾ ਬਾਕੀ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਸੋ ਡਿਸਕ੍ਰਿਮੀਨੈਂਟ D b ਦੀ ਕਾ ਦੋ ਕਟਾ 4a ਸੀ ਬਰਾਬਰ ਮੂਲ ਪਾ ਦਿੱਤਾ b ਹੈਗਾ ਕਿੰਨਾ ਕਟਾ 2k ਕਟਾ 2k ਪੂਰੇ ਦਾ ਵਰਗ ਕਟਾ 4k ਛੇ ਸੋ 4 6 24 24k ਤੇ ਕਟਾ 2 ਕਟਾ 2 ਕਿੰਨਾ ਹੋ ਗਿਆ 4 ਤੇ k ਦਾ ਵਰਗ ਸੋ 4k ਦਾ ਵਰਗ ਕਟਾ 2 24k ਇਹ ਆ ਗਿਆ ਸਾਡਾ D ਫਿਰ ਉਹੀ ਗੱਲ ਲਿਖਣੀ ਹੈ ਦੋ ਘਾਤੀ ਸਮੀਕਰਨ ਦੇ ਮੂਲ ਉਦੋਂ ਬਰਾਬਰ ਹੁੰਦੇ ਹਨ ਜਦੋਂ D 0 ਦੇ ਬਰਾਬਰ ਹੁੰਦਾ ਹੈ ਸੋ 4k ਦਾ ਵਰਗ 24k 0 ਤੇ ਜਾਂ 4 ਮੈਂ ਇੱਥੇ ਕਾਮਨ ਲੈ ਲਿਆ 4k ਵਰਗ 6k ਦੇਖੋ 4 3 12 4 6 24 ਸੋ 4 ਜਲੇ ਇੱਥੇ ਥੱਲੇ ਆਏਗਾ 0 4 ਉਹਦੇ 0 ਹੀ ਹੁੰਦਾ ਸੋ 4 ਕੱਟਿਆ ਜਾਏਗਾ ਸੋ ਬਣ ਗਿਆ k ਵਰਗ 6k 0 ਜਾਂ ਹੁਣ ਫੇਰ k ਕਾਮਨ ਲੈ ਲਿਆ k ਬਾਰ ਆ ਗਿਆ k k/6 0 ਹੁਣ ਦੋ ਅਵਸਥਾਵਾਂ ਹੋ ਸਕਦੀਆਂ ਜਾਂ ਤੇ k 0 ਹੋਏਗਾ ਜੇ k 0 ਹੋਏਗਾ ਤੇ 40 ਦੀ 40 ਦੀ 0 ਹੋ ਜੀ ਸੋ k 0 ਤੇ ਜਾਂ k/6 0 ਹੋਏਗਾ ਸੋ ਜੇ k/6 0 ਹੋਏਗਾ ਤੇ k 6 ਹੋ ਜਾਏਗਾ ਹੁਣ ਦੋ ਸੰਭਾਵਨਾਵਾਂ ਨੇ ਜੇ ਤੁਸੀਂ ਇੱਥੇ ਇਦਾਂ ਲਿਖ ਦਿੱਤਾ ਅਨਸਰ ਤੇ ਗਲਤ ਹੋ ਜਾਏਗਾ ਕਿਉਂਕਿ ਕਿਉਂ ਹੁਣ ਇੱਥੇ ਵੀ ਨਾਲ ਇਹ ਗੱਲ ਸਮਝਾਣੀ ਹੈ ਥੱਲੇ ਲਿਖਣੀ ਹੈ ਪਰ ਦੋ ਘਾਤੀ ਸਮੀਕਰਨ ਵਿੱਚ x ਵਰਗ ਦਾ ਮੂ ਗੁਣਾਕ 0 ਨਹੀਂ ਹੋ ਸਕਦਾ ਇਹ ਬੱਚੋ ਦੋ ਘਾਤੀ ਸਮੀਕਰਨ ਦੀ ਸ਼ਰਤ ਹੁੰਦੀ ਹੈ ਕਿ ਦੋ ਘਾਤੀ ਸਮੀਕਰਨ ਦੇ ਵਿੱਚ ਜੋ x ਦੀ ਘਾਤ 2 ਵਾਲਾ ਪਦ ਹੁੰਦਾ ਹੈ ਉਹਦਾ ਗੁਣਾਕ ਕਦੀ ਵੀ 0 ਨਹੀਂ ਹੋ ਸਕਦਾ x ਦਾ ਗੁਣਾਕ 0 ਹੋ ਸਕਦਾ ਹੈ ਅਚਲ ਪਦ 0 ਹੋ ਸਕਦਾ ਹੈ ਪਰ ਜਿਹੜਾ ਹੁੰਦਾ ਹੈ ਕਿ ਕਹਿੰਦੇ x ਦੀ ਗੁਣਾਕ x ਦੀ ਘਾਤ 2 ਦਾ ਗੁਣਾਕ 0 ਨਹੀਂ ਹੋ ਸਕਦਾ ਸੋ ਇਥੇ k ਜਿਹੜਾ ਹੈਗਾ ਦੇਖੋ x ਦੀ ਘਾਤ 2 ਦਾ ਗੁਣਾਕ ਹੈਗਾ k ਸੋ k 0 ਨਹੀਂ ਹੋ ਸਕਦਾ ਜੇ 0 ਹੋ ਜਾਏਗਾ ਫਿਰ 2 ਘਾਤੀ ਸਮੀਕਰਨ ਨਹੀਂ ਹੋਏਗਾ ਸੋ ਗੱਲ ਬਣੇਗੀ ਨਹੀਂ ਸੋ ਇਦਾਂ ਲਿਖਣਾ ਹੈ ਪਰ 2 ਘਾਤੀ ਸਮੀਕਰਨ ਵਿੱਚ x ਦੀ ਘਾਤ 2 ਦਾ ਗੁਣਾਕ 0 ਨਹੀਂ ਹੋ ਸਕਦਾ ਸੋ k 0 ਜਿਹੜਾ ਹੈ ਉਹ ਉੱਤਰ ਸੰਭਵ ਨਹੀਂ ਹੈਗਾ ਇਹਨੂੰ ਕੱਟ ਦਿੱਤਾ ਜਾਏਗਾ ਸੋ ਇੱਕੋ ਹੀ ਆਨਸਰ ਹੈ k k 6 ਇਸ ਲਈ k 6 ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 4.4 ਦੇ ਪਹਿਲੇ ਦੋ ਸਵਾਲ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ